ਸਤਿਕਾਰ ਜੀ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਵਲੋਗ ਦੇ ਵਿੱਚ ਅਤੇ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਅਤੇ ਆਪਾਂ ਵੀ ਠੀਕ ਠਾਕ ਹਾਂ ਅਤੇ ਅੱਜ ਵੈਸੇ ਆਪਾਂ ਕਲੀਨਿੰਗ ਵੀ ਕਰ ਰਹੇ ਹਾਂਗੇ ਸਾਰਾ ਸਟੋਰ ਵਗੈਰਾ ਦਾ ਸਮਾਨ ਕੱਢਿਆ ਹੋਇਆ ਅਤੇ ਅੱਜ ਹੈਗੇ 1 ਅਕਤੂਬਰ ਅਤੇ ਅਨਮੋਲ ਦੀ ਹੈਗੀ ਆ ਪੇਰੈਂਟਸ ਮੀਟਿੰਗ ਅਤੇ ਹੁਣ ਅਸੀਂ ਹੋ ਗਏ ਉੱਥੇ ਜਾਣ ਲਈ ਤਿਆਰ ਸਕੂਲੇ ਦੀ ਮੀਟਿੰਗ 'ਤੇ ਬਸ ਨਹਾ ਧੋ ਲਏ ਹਜੇ ਥੋੜ੍ਹਾ ਬਹੁਤ ਸਾਡਾ ਕੰਮ ਰਹਿੰਦਾ ਹੈਗਾ ਅਤੇ ਉਹ ਆ ਕੇ ਕਰਾਂਗੇ ਅਤੇ ਅਨਮੋਲ ਉਹਨਾਂ ਨੂੰ ਅੱਜ ਯੂਨੀਫਾਰਮ ਕਿਹਾ ਸੀ ਵੀ ਯੂਨੀਫਾਰਮ ਪਾ ਕੇ ਆਉਣਾ ਪੇਰੈਂਟਸ ਮੀਟਿੰਗ 'ਤੇ ਅਤੇ ਚਲੋ ਜੀ ਫਿਰ ਆਪਾਂ ਜੇ ਹੋ ਸਕਿਆ ਮੈਨੂੰ ਫੋਨ ਅਲਾਊਡ ਕੀਤਾ ਤਾਂ ਮੈਂ ਉੱਥੇ ਵੀ ਬਣਾਉਂਗੀ ਜੇ ਨਾ ਹੋਇਆ ਤਾਂ ਫਿਰ ਆਪਾਂ ਤੁਹਾਡੇ ਨਾਲ ਘਰ ਆ ਕੇ ਹੀ ਮਿਲਾਂਗੇ ਇਹਦਾ ਰਿਪੋਰਟ ਕਾਰਡ ਮਿਲੂਗਾ ਅਤੇ ਤੁਹਾਨੂੰ ਦੱਸਾਂਗੇ ਕਿੱਦਾਂ ਇਹਦਾ ਰਿਹਾ ਅਤੇ ਨਰਸਰੀ ਕਲਾਸ ਦੇ ਵਿੱਚ ਹੈਗਾ ਇਹ ਅਤੇ ਚਲੋ ਜੀ ਫਿਰ ਆਪਾਂ ਚੱਲਦੇ ਹਾਂ ਜਾਣ ਵੇਲੇ ਤਾਂ ਨਹੀਂ ਸ਼ੂਟ ਕਰਾਂਗੇ ਕਿਉਂਕਿ ਅਸੀਂ ਸਕੂਟੀ 'ਤੇ ਜਾਣਾ ਆਪ ਹੀ ਡਰਾਈਵ ਕਰਨੀ ਹੈ ਅਤੇ ਚਲੋ ਜੀ ਫਿਰ ਮਿਲਦੇ ਹਾਂ ਉੱਥੇ ਜਾ ਛੋਟਾ ਬੀਮ ਲੈ ਮੈਂ ਤੇਰੀ ਵੀ ਬਣਾ ਦੇਣੀ ਨਾਲ ਦੱਸ ਦੇ ਇਹਨਾਂ 'ਚ ਇਕੱਲਿਆਂ 'ਚ ਅੱਛਾ ਸਿਉਂਕ ਦੇ ਜਿਹੜੇ ਜੈਨ ਬਣਾਇਆ ਹੋਇਆ ਬੇਲਾ ਕੱਢੀਆਂ ਜਿਹੜੀ ਉਧਰ ਆ ਗਈ ਉਹਦਾ ਢੱਕਣ ਉਹ
ਕਿੰਨਾ ਸੋਹਣਾ ਨਾ, ਸਾਰੇ ਬੱਚਿਆਂ ਦੀ ਫੋਟੋਜ਼ ਕਰਦੇ ਨੇ। ਆਏ ਨਹੀਂ ਕਰਦੇ ਉਹਨਾਂ ਨੂੰ, ਇੱਕ ਫੋਟੋ ਕਰਾਉਣੀ ਆ ਬਸ, ਫੋਟੋ ਕਰਾਉਣੀ ਆ ਅੱਜ ਬਸ, ਪਰ ਸਾਰੇ ਬੱਚਿਆਂ ਨੂੰ ਬਸ ਆਹ ਤਾਂ ਮੈਂ ਇੱਥੇ ਫਿਰ ਇੱਥੇ ਹੀ ਰੱਖ ਲੈਣਾ, ਸਾਰੇ ਬੱਚਿਆਂ ਨੂੰ ਚਲੇ ਜਾਣਾ ਤੈਨੂੰ। ਹੋਰ ਆਹ ਦੇਖ ਮੈਮ ਕਹਿੰਦੇ ਇੱਥੇ, ਬਸ ਉੱਧਰ ਦੇਖ ਮੈਮ ਕੋ ਨਹੀਂ, ਦੇਖੋ ਥੱਲੇ ਕਰੋ ਹੱਥ। ਹਾਂ ਦੇਖ ਸਾਰੇ ਕਰਵਾ ਰਹੇ ਨੇ ਅਨਮੋਲ ਲੈ ਜੰਗ। Thank you.
ਲੈਣ ਹੋਰ